ਬਠਿੰਡਾ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਗਰੁੱਪ ਦੇ 3 ਨੌਜਵਾਨਾਂ ਨੂੰ ਕੀਤਾ ਕਾਬੂ। ਅਤੇ ਉਹ ਕੀ ਕਿਸ ਤਰ੍ਹਾਂ ਅਤੇ ਕਿਵੇਂ ਲੁੱਟਾ ਖੋਹਾਂ ਕਰਦੇ ਸੀ ਆਓ ਦੇਖਦੇ ਹਾਂ ਕੀ ਸੀ ਪੂਰਾ ਮਸਲਾ। ਮਿਤੀ 2 ਫਰਵਰੀ ਦੀ ਦਰਮਿਆਨੀ ਰਾਤ ਨੂੰ ਸੁਖਦੇਵ ਸਿੰਘ ਵਾਸੀ ਭਾਈ ਗੁਰਦਾਸ ਸਿੰਘ ਨਗਰ ਬਖਤਾ ਬਾਈਕਾ ਜਦੋਂ ਮਾਰਕੀਟ ਤੋਂ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਡਰੇਨ ਪੁੱਲ ਬਖਤਾ ਬਾਈਕਾ ਦੇ ਲੱਗੇ 5 ਅਣਪਛਾਤੇ ਬੰਦੇ 2 ਮੋਟਰਸਾਈਕਲਾਂ 'ਤੇ ਆਏ ਅਤੇ ਉਹਨਾਂ ਤੋਂ ਉਹਨਾਂ ਦੀ ਗੱਡੀ ਸਨੈਚ ਕਰ ਲਈ। ਇਸ ਸੰਬੰਧ ਦੇ ਵਿੱਚ FIR ਥਾਣਾ ਦਿਆਲਪੁਰ ਰਜਿਸਟਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ। ਡਿਊਰਿੰਗ ਇਨਵੈਸਟੀਗੇਸ਼ਨ DSP ਫੂਲ ਅਤੇ SHO ਦਿਆਲਪੁਰਾ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਸਾਰੇ ਐਵੀਡੈਂਸਾਂ ਨੂੰ ਲਿੰਕ ਕਰਦੇ ਹੋਏ 7 ਦੋਸ਼ੀ ਆਈਡੈਂਟੀਫਾਈ ਕਰ ਲਏ ਅਤੇ ਜਿਨ੍ਹਾਂ ਤੋਂ 3 ਦੋਸ਼ੀ ਜਿਹੜੇ ਨੇ ਉਹ ਕੱਲ੍ਹ ਫੜੇ ਗਏ। ਉਹਨਾਂ ਤੋਂ 2 ਦੇਸੀ ਕੱਟੇ 12 ਬੋਰ ਅਤੇ 1 ਚੋਰੀ ਦੀ ਮੋਟਰਸਾਈਕਲ ਜਿਹੜੀ ਉਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਸੀ ਅਤੇ ਸ਼ਾਰਪੈਸਟ ਵੈਪਨ ਵੀ ਰਿਕਵਰ ਹੋਏ ਨੇ। ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹੀ ਆਏ ਸੀ। ਜਿਹੜੇ 3 ਦੋਸ਼ੀ ਅਰੈਸਟ ਹੋਏ ਨੇ ਉਹਨਾਂ 'ਚ ਪਹਿਲਾਂ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਦਰਜ ਅਤੇ ਬਾਕੀ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਰਹਿੰਦੇ ਨੇ ਉਹਨਾਂ ਦਾ ਵੇਖਣਾ ਹੈ ਕਿ ਪਹਿਲਾਂ ਦੇ ਕਿੰਨੇ ਪਰਚੇ ਦਰਜ ਨੇ। ਪੈਸੇ ਦੀ ਖਾਤਰ ਹੀ ਕਰਦੇ ਸੀ, ਬਾਕੀ ਜਿਹੜੀ ਗੱਲ ਹੁਣ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਊਗੀ ਫਿਰ ਹੀ ਪਤਾ ਲੱਗੇ। ਵੈਸੇ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਜਿਹੜਾ ਹੈਗਾ ਕੰਮ, ਇਹਨਾਂ ਦਾ ਬੇਸਿਕ ਤਾਂ ਮਿਹਨਤ ਮਜ਼ਦੂਰੀ ਦਾ ਹੀ ਹੈਗਾ। 2 ਕੱਟੇ ਮਿਲੇ ਨੇ ਦੇਸੀ 12 ਬੋਰ ਦੇ। ਜਿਵੇਂ ਮਾਨਯੋਗ DGP ਸਾਹਿਬ ਦੇ ਡਾਇਰੈਕਸ਼ਨਾਂ ਦੇ ਅਕੋਰਡਿੰਗ ਅਤੇ SSP ਸਾਹਿਬ ਨੇ ਮੁਹਿੰਮ ਚਲਾਈ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ਼, ਅਤੇ ਜਿਹੜੇ ਵੀ ਇਲੀਗਲ ਵੈਪਨ ਰੱਖਦੇ ਹੈ ਜਾਂ ਸਪਲਾਈ ਕਰਦੇ ਹੈ ਅਤੇ ਜਿਹੜੇ ਵੀ ਕੋਈ ਡਰੱਗਸ ਦੇ ਸਪਲਾਇਰ ਨੇ ਉਹਨਾਂ ਦੇ ਖਿਲਾਫ਼ ਸਾਡੀ ਲਗਾਤਾਰ ਮੁਹਿੰਮ ਜਾਰੀ ਹੈ। ਹੁਣ ਜਿਹੜਾ ਵੀ ਬੰਦਾ ਉਹ ਇਲੀਗਲ ਵੈਪਨ ਯੂਜ਼ ਕਰੂਗਾ ਜਾਂ ਇਲੀਗਲ ਵੈਪਨ ਦੀ ਸਪਲਾਈ ਕਰੂਗਾ ਉਹਦੇ ਖਿਲਾਫ਼ ਅਸੀਂ ਹੁਣ ਕਾਰਵਾਈ ਕਰਨ ਲਿਆ ਅਤੇ ਅੱਗੇ ਵੀ ਇੱਦਾਂ ਦੀ ਕਾਰਵਾਈ ਜਾਰੀ ਰਹੇਗੀ।